ਅੱਜ ਦੀ ਵੀਡੀਓ ਹੈਗੀ ਆਪਣੀ ਲਹਿੰਗਾ ਚੋਲੀ ਦੀ ਜਿਸ ਤਰ੍ਹਾਂ ਪਾਰਟੀ ਵੇਅਰ ਡਰੈਸਾਂ ਚੱਲਦੀਆਂ ਨੇ ਦੇਖੋ ਚੋਲੀ ਆਗੀ ਨਾਲ ਉਹਦੇ ਲਹਿੰਗਾ ਬਣਾਉਣਾ ਆਪਣੀ ਜਿਹੜੀ ਚੋਲੀ ਉਹ ਵਰਕ ਕਰੀ ਹੋਈ ਆ ਲਹਿੰਗਾ ਹੈਗਾ ਆਪਣਾ ਬ੍ਰੋਕਟ ਦੇ ਵਿੱਚ ਆਗਾ ਆਪਣੇ ਕੋਲੇ 3 ਮੀਟਰ ਕੱਪੜਾ ਲਹਿੰਗੇ ਦੇ ਵਾਸਤੇ ਆਪਾਂ ਨੇ ਬਲਾਂ ਵਾਲਾ ਲਹਿੰਗਾ ਬਣਾਉਣਾ ਜਿਸ ਤਰ੍ਹਾਂ ਆਪਾਂ ਸਲਵਾਰ ਦੇ ਪਲ ਪਾਉਂਦੇ ਆ ਇਹਦੇ ਇੱਕ ਸਾਈਡ ਤੇ ਪਲ ਪੈਣਗੇ ਉੱਪਰ ਨੇਫਾ ਬਣਾਵਾਂਗੇ ਆਪਾਂ ਜਿਹਦੇ ਵਿੱਚ ਨਾੜਾ ਪੈਂਦਾ ਹੈਗਾ ਸਾਈਡ ਤੇ ਲਟਕਣ ਵਗੈਰਾ ਵੀ ਲਗਾ ਸਕਦੇ ਆ ਆਪਾਂ ਤੇ ਆਪਣੇ ਕੋਲੇ ਚੋਲੀ ਆ ਚੋਲੀ ਵਰਕ ਕਰੀ ਹੋਈ ਆ ਦੇਖੋ ਸਾਈਡ ਨੀਚੇ ਆ ਆਪਣੇ ਕੋਲੇ ਚੋਲੀ ਦਾ ਕੱਪੜਾ ਦਿੱਤਾ ਹੋਇਆਗਾ ਘੇਰਾ ਇਹਦਾ ਵਰਕ ਕਰਿਆ ਹੋਇਆਗਾ ਇਹਦੀ ਨਾਪ ਬਾਰੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਕਿੰਨਾ ਨਾਪ ਆ ਇਹ ਇਹਦੇ ਨਾਲ ਆਪਾਂ ਨੇ ਮੈਚਿੰਗ ਕਰਕੇ ਇਸ ਤਰ੍ਹਾਂ ਦਾ ਪੂਰੀ 1 ਪੀਸ ਡਰੈਸ ਤਿਆਰ ਹੋ ਜੂਗੀ ਲਹਿੰਗਾ ਚੋਲੀ ਇਹਦੇ ਨਾਪ ਬਾਰੇ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿੰਨਾ ਕਿੰਨਾ ਨਾਪ ਆ ਤੇ ਕਿਸ ਤਰ੍ਹਾਂ ਦੀ ਆਪਾਂ ਕਟਿੰਗ ਕਰਨੀ ਹੈ ਲਹਿੰਗੇ ਦੀ ਲੈਂਥ ਰੱਖਣੀ ਆਪਾਂ ਨੇ 40 ਇੰਚ ਤਿਆਰ ਦੇਖੋ ਬੈਲਟ ਆਪਾਂ ਲਗਾਵਾਂਗੇ ਹਿੱਪ ਦੇ ਹਿਸਾਬ ਨਾਲ ਜਿੰਨਾ ਹਿੱਪ ਦਾ ਨਾਪ ਆ ਉਹ ਆਪਾਂ ਇੰਚ ਡੇਢ ਇੰਚ ਵੱਧ ਲਗਾਵਾਂਗੇ ਚੋਲੀ ਹੈਗੀ ਆਪਣੀ 27 ਇੰਚ ਲੈਂਥ ਮੰਨ ਲਓ 27 ਆ ਛਾਤੀ ਦੇ ਵਿੱਚੋਂ ਦੇਖੋ 40 ਇੰਚ ਆ ਆਪਾਂ 2 ਇੰਚ ਇਹਦੇ ਐਡ ਕਰ ਦਿਓਨੇ ਇਹ ਐਡ ਜਿਵੇਂ ਨਾਰਮਲ ਨਾਪ ਲੈਣਾ ਜ਼ਿਆਦਾ ਟਾਈਟ ਨਹੀਂ ਲੈਣਾ ਤੇ ਲੂਜ਼ ਨਹੀਂ ਲੈਣਾ ਬਿਲਕੁਲ ਨਾਰਮਲ ਨਾਪ ਤਾਂ 2 ਇੰਚ ਆਪਾਂ ਐਡ ਕਰਕੇ ਇਹ 42 ਬਣ ਗਿਆ ਦੇਖੋ 21 ਇੰਚ ਆਊਗਾ ਕਮਰ ਹੈਗੀ ਆ 37 ਤਾਂ ਆਪਾਂ ਇਹਦੇ ਵਿੱਚ ਕਮਰ ਦੇ ਵਿੱਚ 1 ਇੰਚ ਹੀ ਪਲੱਸ ਕਰਦੇ ਹੁੰਨੇ ਆ ਤਾਂ 38 ਬਣ ਗਿਆ ਇਹਦਾ ਨਾਪ ਆ ਗਿਆ 19 ਇੰਚ ਹੁਣ ਆ ਹੈਗਾ ਆਪਣਾ ਹਿੱਪ ਦਾ ਹਿੱਪ ਹੈਗੀ ਆ 44 ਇੰਚ ਤਾਂ ਆਪਾਂ ਇਹਦੇ ਵਿੱਚ 2 ਇੰਚ ਐਡ ਕਰਾਂਗੇ 46 ਬਣ ਜੂਗਾ ਤਾਂ ਉਹਦਾ ਹਾਫ ਹੋ ਜੂਗਾ 23 ਇੰਚ ਬਾਜੂ ਦੀ ਲੰਬਾਈ ਹੈਗੀ ਆ 16 ਆਪਾਂ ਅੱਗੇ ਤੋਂ ਰੱਖਾਂਗੇ 11.5 ਖੁੱਲੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਆ ਚੋਲੀ ਦਾ ਨੀਚੇ ਵਾਲਾ ਘੇਰਾ ਕੱਢਿਆ ਹੋਇਆ ਆ ਸਾਈਡ ਤੇ ਕੱਢੀ ਹੋਈ ਹੈ ਇਹਦੀ ਬਾਜੂ ਹੁਣ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਡਬਲ ਫੋਲਡਿੰਗ ਕਰਕੇ ਜਿਸ ਤਰ੍ਹਾਂ ਆਪਾਂ ਸ਼ਰਟ ਦਾ ਉਤਾਰਦੇ ਹਾਂ ਉਸ ਤਰ੍ਹਾਂ ਵੀ ਕੱਟ ਸਕਦੇ ਹਾਂ ਆਪਾਂ ਸਿੰਗਲ ਸਿੰਗਲ ਪੀਸ ਵੀ ਕੱਟ ਸਕਦੇ ਹਾਂ ਕਿਉਂਕਿ ਇਹਦੇ ਉੱਪਰ ਕੋਈ ਵਰਕ ਵਗੈਰਾ ਕੁਝ ਨਹੀਂ ਹੈਗਾ ਸਿਰਫ ਡਾਟ ਜੇ ਬਣੇ ਹੋਏ ਆ ਇਹਦੇ ਵਿੱਚ ਵਰਕ ਦੇ ਵਿੱਚ ਆ ਨੀਚੇ ਇਹਦੇ ਫਲਾਰ ਬਣੇ ਹੋਏ ਆ ਆ ਜੋ ਕਿਉਂ ਇਹ ਸਾਈਡ ਤੇ ਬਾਜੂ ਤਾਂ ਆਪਾਂ ਜਿੰਨੀ ਲੈਂਥ ਰੱਖਣੀ ਹੈ ਹਿਸਾਬ ਦੇ ਨਾਲ ਲੈਂਥ ਲੈ ਕੇ ਸਿੰਗਲ ਪੀਸ ਕੱਟ ਕੇ ਵੀ ਆਪਾਂ ਕੱਟ ਸਕਦੇ ਹਾਂ ਨੂੰ ਜੇ ਤੁਸੀਂ ਡਬਲ ਕਰਨਾ ਦੇਖੋ ਡਬਲ ਵੀ ਕਰ ਸਕਦੇ ਆ ਕਿਉਂਕਿ ਜਿਹੜਾ ਕੱਪੜਾ ਵੇਸਟ ਹੋਊਗਾ ਉਹ ਆਪਣਾ ਉੱਪਰ ਨਿਕਲ ਜੂਗਾ ਜੇ ਤੁਸੀਂ ਇਸ ਤਰ੍ਹਾਂ ਵੀ ਉਤਾਰ ਸਕਦੇ ਹੋ ਤਾਂ ਜੇ ਤੁਹਾਨੂੰ ਇਸ ਤਰ੍ਹਾਂ ਉਤਾਰਨਾ ਜੇ ਤੁਸੀਂ ਸਿੰਗਲ ਪੀਸ ਕੱਟ ਕਰਨਾ ਸਿੰਗਲ ਪੀਸ ਵੀ ਕੱਟ ਕਰ ਸਕਦੇ ਹੋ ਜਿਵੇਂ ਆਪਾਂ ਨੇ ਦੇਖੋ ਡਬਲ ਫੋਲਡਿੰਗ ਕਰ ਲਿਆ ਇਸ ਤਰ੍ਹਾਂ ਜਿਸ ਤਰ੍ਹਾਂ ਆਪ ਸ਼ਰਟ ਨੂੰ ਕਰਦੇ ਆ ਤਾਂ ਇਸੇ ਤਰ੍ਹਾਂ ਤੁਸੀਂ ਇਹਨੂੰ ਡਬਲ ਕਰੋਗੇ ਆਪਾਂ ਘੇਰਾ ਵਗੈਰਾ ਦੇਖਣਾ ਵੀ ਇਹ ਕਿੰਨਾ ਵਰਕ ਹੋਇਆ ਹੋਇਆ ਤੇ ਕਿੰਨਾ ਆਪਾਂ ਨੇ ਰੈਡੀ ਰੱਖਣਾ ਜਿਵੇਂ ਦੇਖੋ ਆਪਣੇ ਹਿੱਪ ਦੇ ਵਿੱਚੋਂ ਹੈਗਾ 23 ਇੰਚ ਆਪਣੇ ਕੋਲੇ ਘੇਰਾ ਦਿੱਤਾ ਹੋਇਆ ਇਹਨਾਂ ਨੇ 21.5 ਹੀ ਘੇਰਾ ਦਿੱਤਾ ਹੋਇਆ ਦੇਖੋ ਤਾਂ ਆਪਾਂ 21.5 ਹੀ ਤਿਆਰ ਰੱਖਣਾ ਹਿੱਪ ਤਾਂ ਦੇਖੋ ਜਿੰਨੀ ਰੱਖਣੀ ਆਪਾਂ ਨੇ 19 ਹੀ ਰੱਖਣੀ ਆਗੀ ਘੱਟ ਨਹੀਂ ਕਰਦੇ ਹੈਗੇ ਤਾਂ ਘੇਰਾ ਆਪਣਾ ਪ੍ਰੋਪਰ ਇੰਨਾ ਹੀ ਤਿਆਰ ਰਹਿ ਜੂਗਾ ਜੇ ਤੁਸੀਂ ਵਧਾਉਣਾ ਵੀ ਹੁੰਦਾ ਸਾਈਡ ਤੋਂ ਬਿਲਕੁਲ ਥੋੜਾ ਜਿਹਾ ਦੇਖੋ ਹਾਫ ਤੋਂ ਵੀ ਘੱਟ ਇੰਨਾ ਕੁ ਰੱਖ ਸਕਦੇ ਹੋ ਕਿਉਂਕਿ ਜੋ ਇਹਦੇ ਪਾਈਪਿੰਗ ਵਗੈਰਾ ਲੱਗਣੀ ਆ ਉਹਦੇ ਨਾਲ ਇਹਦੀ ਜਿਹੜੀ ਮੰਨ ਲਓ ਜਗ੍ਹਾ ਖਾਲੀ ਬਚੂਗੀ ਉਹਦੇ ਨਾਲ ਕਵਰ ਹੋ ਜੂਗੀ ਤਾਂ ਆਪਾਂ ਛਾਤੀ ਦੇ ਹਿਸਾਬ ਨਾਲ ਚੱਲਣਾ ਦੇਖੋ ਇਹਦਾ ਆਪਾਂ ਸੈਂਟਰ ਦਾ ਨਿਸ਼ਾਨ ਲਗਾ ਲਾਂਗੇ ਜੇ ਸਾਈਡਾਂ ਆਪਣੀਆਂ ਐਨਣੀਆਂ ਛੱਡੀਆਂ ਹੋਈਆਂ ਨੇ ਮੰਨ ਲਓ 21.5 ਆ ਤਾਂ ਆਪਾਂ 21.5 ਤੇ ਹੀ ਸੈਂਟਰ ਕਰਕੇ ਨਿਸ਼ਾਨ ਲਗਾ ਲਾਂਗੇ ਦੇਖੋ ਆ ਇਹਦਾ ਸੈਂਟਰ ਆ ਗਿਆ ਹੁਣ ਜਾਣਾ ਆਪਾਂ ਨੇ ਛਾਤੀ ਵੱਲ ਛਾਤੀ 'ਚੋਂ ਹੈਗਾ ਆਪਣੇ 21 ਇੰਚ ਤਾਂ ਆਪਾਂ ਇੱਥੇ 21 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਦੇਖੋ ਤੇ 2 ਇੰਚ ਆਪਾਂ ਨੇ ਲੈਣਾ ਗਾ ਐਕਸਟਰਾ ਤਾਂ ਆਪਾਂ 25 ਇੰਚ ਤੇ ਨਿਸ਼ਾਨ ਲਗਾਵਾਂਗੇ ਦੇਖੋ ਤਾਂ ਆਪਾਂ ਸੈਂਟਰ 25 ਕਰਾਂਗੇ ਆ ਦੇਖੋ ਇਧਰੋਂ ਵੀ ਕੰਨੀ ਆ ਰਹੀ ਆ ਤੇ ਇਧਰੋਂ ਵੀ ਆਪਣਾ ਉਨਾ ਮਾਰਜਨ ਆ ਰਿਹਾ ਤਾਂ ਆਪਾਂ ਇੱਥੋਂ 25 ਤੋਂ ਕੱਟ ਕਰ ਦਾਂਗੇ ਇਸੇ ਤਰੀਕੇ ਆਪਾਂ ਇੱਥੇ ਨਿਸ਼ਾਨ ਲਗਾ ਲਾਂਗੇ ਹੁਣ ਇਹਦੀ ਆਪਾਂ ਕਰ ਦਾਂਗੇ ਕਟਿੰਗ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਜਿਸ ਤਰ੍ਹਾਂ ਆਪਾਂ ਸ਼ਰਟ ਦੀ ਕਟਿੰਗ ਕਰਦੇ ਆਂ ਦੇਖੋ ਕਢਾਈ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲਾਂਗੇ ਬਿਲਕੁਲ ਆਪਾਂ ਜੋ ਸੈਂਟਰ ਵਾਲੀ ਕਰੀਜ਼ ਬਣੂਗੀ ਉਹਨੂੰ ਪ੍ਰੈਸ ਦੇ ਨਾਲ ਇੱਕ ਵਾਰਾਂ ਚੰਗੀ ਤਰ੍ਹਾਂ ਜਮਾ ਲਾਂਗੇ ਵੀ ਆਪਣੀ ਕਰੀਜ਼ ਤੋਂ ਇੱਧਰ ਉੱਧਰ ਨਹੀਂ ਹੋਊਗੀ ਦੇਖੋ ਇਸੇ ਤਰ੍ਹਾਂ ਆਪਾਂ ਪਿੱਛੇ ਨੂੰ ਲੈ ਜਾਂਗੇ ਆ ਬੈਕ ਵਾਲੀ ਤੇ ਵੀ ਬਿਲਕੁਲ ਸਿੱਧਾ ਕਰ ਲੈਣਾ ਬਲ ਵਗੈਰਾ ਸਾਰੇ ਕੱਟ ਲੈਣੇ ਕਿਉਂਕਿ ਫੈਬਰਿਕ ਆ ਜਿਹੜਾ ਇਹ ਕਰੇਪ ਦੇ ਵਿੱਚ ਦਿੱਤਾ ਹੋਇਆਗਾ ਜੇ ਆਪਾਂ ਨੇ ਵੱਧ ਘੱਟ ਕੱਟ ਲਿਆ ਤਾਂ ਇਹਦੇ ਵਿੱਚ ਢਿੱਲ ਰਹਿਣ ਦਾ ਵੀ ਖਤਰਾ ਰਹਿੰਦਾ ਵੀ ਢਿੱਲ ਨਾ ਰਹੇ ਭਈ ਤੁਸੀਂ ਇਸ ਤਰ੍ਹਾਂ ਕਰੀਜ਼ਾਂ ਨੂੰ ਆਪਸ ਦੇ ਵਿੱਚ ਮਿਲਾ ਲਓਗੇ ਨੀਚੇ ਵਾਲਾ ਮਾਰਜਨ ਵੀ ਦੇਖਣਾ ਦੇਖੋ ਕਈ ਵਾਰ ਕੱਪੜਾ ਘੱਟ ਵੱਧ ਕੱਟਿਆ ਹੁੰਦਾ ਜਾਂ ਕਿਸ ਤਰ੍ਹਾਂ ਕੱਟਿਆ ਹੁੰਦਾ ਤੁਸੀਂ ਇਸ ਤਰ੍ਹਾਂ ਕਿਉਂਕਿ ਆਪਣੇ ਕੋਲੇ ਕੱਪੜਾ ਵਾਧੂ ਹੈਗਾ ਤਾਂ ਆਪਾਂ ਮਾਰਜਨ ਵੀ ਇਹਦਾ ਸਹੀ ਰੱਖਾਂਗੇ
ਆਪਾਂ ਦੇਖੋ ਜਿਹੜਾ ਫਾਲਤੂ ਮਾਰਜਨ ਆ ਉਹਦੀ ਆਪਾਂ ਕਟਿੰਗ ਕਰ ਦਾਂਗੇ, ਵੱਧ ਘਾਟਾ ਜੋ ਵੀ ਸਾਫ਼ ਕਰ ਦਾਂਗੇ ਇਹਨੂੰ ਬਿਲਕੁਲ। ਹੁਣ ਦੇਖੋ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਤੇ ਲੈਂਥ ਦਾ। ਲੈਂਥ ਹੈਗੀ ਆਪਣੀ ਪ੍ਰੋਪਰ 27 ਇੰਚ ਤਿਆਰ। ਆਪਾਂ ਉੱਪਰ ਲਗਾਵਾਂਗੇ ਤੀਰੇ ਦਾ ਨਿਸ਼ਾਨ ਲਗਾਵਾਂਗੇ। ਇਹ ਚੋਲੀ ਦੀ ਲੈਂਥ ਆ, ਜੋ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ, ਹਾਈਟ ਦੇ ਹਿਸਾਬ ਨਾਲ ਰੱਖ ਸਕਦੇ ਹੋ। ਹੈਲਦੀ ਆ ਤਾਂ ਦੇਖੋ ਜ਼ਿਆਦਾ ਸ਼ੋਰਟ ਨਹੀਂ ਅੱਛੀ ਲੱਗਦੀ, ਜਾਂ ਤਾਂ ਬਲਾਊਜ਼ ਹੀ ਵਧੀਆ ਲੱਗੂਗਾ। ਆਪਣੇ ਜ਼ਿਆਦਾਤਰ ਸਿੱਖ ਫੈਮਲੀਆਂ ਦੇਖੋ ਬਲਾਊਜ਼ ਵਗੈਰਾ ਲਾਈਕ ਨਹੀਂ ਕਰਦੀਆਂ, ਤਾਂ ਆਪਾਂ ਚੋਲੀ ਵਗੈਰਾ ਪਹਿਨਦੇ ਹਾਂ। ਤਾਂ ਤੁਸੀਂ ਜੇ ਹੈਲਦੀ ਹੋਵੋਗੇ ਤਾਂ ਤੁਹਾਨੂੰ ਤੁਹਾਡੇ ਥੋੜ੍ਹੀ ਜਿਹੀ ਲੌਂਗ ਹੀ ਵਧੀਆ ਲੱਗੂਗੀ, ਜ਼ਿਆਦਾ ਸ਼ੋਰਟ ਨਹੀਂ ਵਧੀਆ ਲੱਗਣੀ। ਜੋ ਪਤਲਾ ਨਾਪ ਹੁੰਦਾ ਦੇਖੋ ਉਹਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਵੀ ਪਹਿਨ ਸਕਦੇ ਹਾਂ, ਜ਼ਿਆਦਾਤਰ ਜਿਵੇਂ 22-23 ਇੰਚ ਨਾਪ ਦੇ ਵਿੱਚ ਵੀ ਪਹਿਨ ਸਕਦੇ ਹਾਂ। ਪਰ ਇਹ ਨਾ ਥੋੜ੍ਹਾ ਜਿਹਾ ਹੈਵੀ ਨਾਪ ਆ, ਤਾਂ ਆਪਾਂ 26-26 ਇੰਚ ਦੀ ਰੈਡੀ ਰੱਖ ਲਾਂਗੇ, 27 ਵੀ ਰੱਖ ਲਾਂਗੇ, 28 ਵੀ। ਇਦੂ ਜ਼ਿਆਦਾ ਨਹੀਂ ਅੱਛੀ ਲੱਗਣੀ, ਕਿਉਂਕਿ ਉਹ ਜਾਂ ਤਾਂ ਸ਼ੋਰਟ ਸ਼ਰਟ ਹੀ ਹੋਵੇ। ਹੁਣ ਦੇਖੋ ਆਪਾਂ ਨੇ ਤੀਰੇ ਦਾ ਨਿਸ਼ਾਨ ਲਗਾਉਣਾ ਗਾ। ਇੱਥੇ ਤੀਰਾ ਦੇਖੋ ਜਿਵੇਂ ਆਪਾਂ ਸ਼ਰਟ ਦਾ ਗਲਾ ਬਣਾਉਣਾ ਉਨਾ ਹੀ ਬਣਾਵਾਂਗੇ, ਥੋੜ੍ਹਾ ਜਿਹਾ ਬੈਕ ਡੀਪ ਰੱਖਾਂਗੇ। ਤਾਂ ਆਪਾਂ 6 ਇੰਚ ਹੀ ਕਟਿੰਗ ਦਾ ਪਾਉਣਾ ਤੀਰਾ, ਦੇਖੋ ਇਸ ਤਰ੍ਹਾਂ 6.5 ਇੰਚ ਨੀਚੇ ਨੂੰ ਪਾਵਾਂਗੇ ਆਪਾਂ। ਹੁਣ ਲਗਾਵਾਂਗੇ ਆਪਾਂ ਛਾਤੀ ਚੋਂ ਨਾਪ। ਛਾਤੀ ਦਾ ਨਾਪ ਹੈਗਾ ਆਪਣਾ 21 ਇੰਚ, ਤਾਂ 21 ਇੰਚ 'ਤੇ ਹੀ ਨਿਸ਼ਾਨ ਲਗਾਇਆ। ਦੇਖੋ ਆਹ 2 ਇੰਚ ਆਪਣਾ ਲੂਜਿੰਗ ਦਾ ਹੋ ਗਿਆ। ਇਸੇ ਤਰੀਕੇ ਨਾਲ ਆਪਾਂ ਨੇ 6 ਉੱਪਰ ਲਗਾਇਆ ਤਾਂ 2 ਸੂਤ ਘੱਟ ਲਗਾਵਾਂਗੇ, 6.5 'ਤੇ ਨਿਸ਼ਾਨ ਲਗਾਵਾਂਗੇ। ਦੇਖੋ ਆਪਾਂ ਇਹ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਜਦੋਂ ਵੀ ਕੋਈ ਸ਼ਰਟ ਦਾ ਨਾਪ ਵਗੈਰਾ ਕੱਟਦੇ ਹਾਂ ਜਾਂ ਸ਼ਰਟ ਵਗੈਰਾ ਕੱਟਦੇ ਹਾਂ, ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹਾਂ ਵੀ ਜੇ ਆਪਾਂ 6 ਇੱਥੋਂ ਰੱਖਿਆ ਤਾਂ 2 ਸੂਤ ਸਾਹਮਣੇ ਤੋਂ ਘੱਟ ਰੱਖਾਂਗੇ। ਜੇ ਤੁਹਾਡਾ ਚੰਗਾਠਾ ਚੌੜਾ ਗਾ ਤਾਂ ਤੁਸੀਂ ਸਾਹਮਣਾ ਰੱਖ ਸਕਦੇ ਹੋ, ਗਲਾ ਛੋਟਾ ਪਾਉਂਦੇ ਹੋ ਜੇ। ਹੁਣ ਆਪਾਂ ਇਹਦੀ ਆਹ ਗਲਾਈ ਦੇਵਾਂਗੇ। ਦੇਖੋ ਹੁਣ ਆਪਾਂ ਲਾਵਾਂਗੇ ਇਹਦਾ ਕਮਰ ਦਾ ਨਿਸ਼ਾਨ। ਕਮਰ 'ਚੋਂ ਹੈਗਾ ਆਪਣੇ 19 ਇੰਚ। ਹੁਣ ਦੇਖੋ ਜੇ ਤੁਸੀਂ ਆਹ ਸਾਈਡ ਸਿਲਾਈ ਜ਼ਿਆਦਾ ਲੰਬੀ ਲੈ ਕੇ ਜਾਓਗੇ ਤਾਂ ਤੁਹਾਡੇ ਆਹ ਹਿੱਪ ਵਾਲੀ ਚੀਜ਼ ਨਾ ਫਸੀ ਲਓ, ਕਿਉਂਕਿ ਲਹਿੰਗਾ ਆਪਾਂ ਨੇ ਬਲਾਂ ਵਾਲਾ ਬਣਾਉਣਾ ਗਾ। ਤਾਂ ਆਪਾਂ ਨੇ ਆਹ ਸਾਈਡ ਆ ਜਿਹੜੀ ਜ਼ਿਆਦਾ ਲੰਬੀ ਨਹੀਂ ਬਣਾਉਣੀ ਹੈਗੀ, ਆਪਾਂ 13-13.5 'ਤੇ ਨਿਸ਼ਾਨ ਲਗਾਵਾਂਗੇ, ਇੰਨੇ ਨੇ ਕੁ ਚਾਕ ਰਹਿ ਜਾਣਗੇ ਆਪਣੇ। ਪ੍ਰੋਪਰ ਆਪਾਂ 13.5 ਇੰਚ ਹੀ ਤਿਆਰ ਰੱਖਾਂਗੇ, ਤਾਂ ਆਪਾਂ 1 ਇੰਚ ਵੱਧ ਕੱਟਾਂਗੇ, 14.5 'ਤੇ ਨਿਸ਼ਾਨ ਲਗਾਵਾਂਗੇ। ਦੇਖੋ ਆਪਣੇ ਚਾਕ 5.5 ਪੌਣੇ 6 ਇੰਚ ਰੈਡੀ ਰਹਿ ਜਾਣਗੇ, ਕਿਉਂਕਿ ਇਹ ਲੈਂਥ ਥੋੜ੍ਹੀ ਜਿਹੀ ਜਿੱਥੇ ਆਪਾਂ ਬੰਨ ਹੋਊਗਾ ਬੰਨ ਤੋਂ 4-5 ਇੰਚ ਨੀਚੇ ਹੀ ਹੋਊਗੀ, ਉਹਦੇ ਨਾਲ ਆਪਣੀ ਬੈਲਟ ਵਗੈਰਾ ਨਜ਼ਰ ਨਹੀਂ ਆਊਗੀ। ਹੁਣ ਆਪਾਂ ਲਗਾਵਾਂਗੇ ਇੱਥੇ ਹਿੱਪ ਦਾ ਨਿਸ਼ਾਨ। ਹਿੱਪ 'ਚੋਂ ਹੈਗਾ 23 ਇੰਚ, ਤਾਂ ਆਪਾਂ 23 'ਤੇ ਹੀ ਨਿਸ਼ਾਨ ਲਗਾਵਾਂਗੇ। ਆਪਣੇ ਥੋੜ੍ਹਾ ਜਿਹਾ ਹੀ ਅੰਦਰ ਨੂੰ ਜਾਊਗਾ ਦੇਖੋ, ਕਿਉਂਕਿ ਇਹਨਾਂ ਨੇ ਵਰਕ ਥੋੜ੍ਹਾ ਜਿਹਾ ਘੱਟ ਕਰਿਆ ਹੋਇਆ ਗਾ, ਪਰ ਆਪਾਂ ਨੇ ਹਿੱਪ ਜਿੰਨੀ ਰੱਖਣੀ ਹੈ ਦੇਖੋ ਆਪਾਂ ਤਾਂ 19 ਤਿਆਰ ਰੱਖਾਂਗੇ, ਘੱਟ ਨਹੀਂ ਰੱਖਦੇ ਹੈਗੇ। ਇਹ 21.5 ਇੰਚ ਘੇਰੇ ਦੇ ਹਿਸਾਬ ਨਾਲ ਇਹਨਾਂ ਨੇ ਵਰਕ ਕਰਿਆ ਹੋਇਆ। ਦੇਖੋ ਆਪਾਂ ਨੇ ਇਹਦੇ ਵਿੱਚ ਪਲੇਟ ਤਾਂ ਪਾਉਣੀ ਆ, ਪਲੇਟ ਤਾਂ ਆਪਾਂ ਪਾਵਾਂਗੇ। ਇੱਕ ਵਾਰੀ ਤੁਹਾਨੂੰ ਮੈਂ ਨਿਸ਼ਾਨ ਲਗਾ ਕੇ ਦਿਖਾ ਰਹੀ ਹਾਂ ਵੀ ਆਪਣੀ ਸ਼ਰਟ ਪਲੇਟਾਂ ਤੋਂ ਬਾਅਦ ਇੱਦਾਂ ਦੀ ਸ਼ੇਪ ਆਉਣੀ ਹੈ ਇਹਦੇ ਵਿੱਚ। ਤਾਂ ਆਪਾਂ ਜਿਹੜੀ ਸਾਈਡ 'ਤੇ ਬਦਵਾਂ ਕੱਟਵਾਂ ਸਿਰਫ ਉਹੀ ਸਾਫ਼ ਕਰਨਾ, ਕਿਉਂਕਿ ਆਪਾਂ ਨੇ ਪੂਰਾ ਕੱਟਿਆ ਸੀਗਾ, ਸਾਈਡ 'ਤੇ ਉਹਦੇ ਬਾਜੂ ਵਰਕ ਕਰੀ ਹੋਈ ਸੀ। ਹੁਣ ਆਪਾਂ ਸਭ ਤੋਂ ਪਹਿਲਾਂ 4 ਪੱਲਿਆਂ 'ਤੇ ਕੱਟ ਲਗਾਵਾਂਗੇ, ਉੱਪਰਲੇ ਦੋਨੋਂ ਪੱਲੇ ਚੱਕਾਂਗੇ ਦੇਖੋ, ਤਾਂ ਉੱਪਰਲੀ ਗਲਾਈ ਪਾ ਦਾਂਗੇ ਆਪਾਂ। ਹੁਣ ਇਸੇ ਤਰੀਕੇ ਨਾਲ ਆਪਾਂ ਦੂਸਰੇ ਦੀ ਲੈ ਕੇ ਜਾਣੀ ਆ। ਦੇਖੋ ਗਲਾ ਆਪਾਂ ਬੈਕ ਟੂ ਦਾ ਡੀਪ ਰੱਖਾਂਗੇ, ਤਾਂ ਤੁਸੀਂ ਆਹ ਸ਼ੇਪ ਵੀ ਇਸ ਤਰੀਕੇ ਨਾਲ ਹੀ ਪਾਉਣੀ ਆ। ਗਲਾਈ ਦੇ ਵਿੱਚ ਹੋਣੀ ਚਾਹੀਦੀ ਹੈ ਬੈਕ ਵਾਲੀ ਸ਼ੇਪ ਵੀ, ਤੁਹਾਡੀ ਨੀਚੇ ਤੋਂ ਚੌਰਸ ਨਹੀਂ ਬਣਨੀ ਚਾਹੀਦੀ ਬਿਲਕੁਲ ਵੀ। ਹੁਣ ਆਪਾਂ ਇੱਥੋਂ ਦੇਖੋ ਜਿਹੜਾ 1/2 ਇੰਚ ਵੱਧ ਕੱਟ ਦਿੰਦੇ ਹਾਂ, ਜਿਵੇਂ ਆਪਣਾ ਗੋਲ ਇੱਥੋਂ ਕੁੰਡਾ ਬਣਿਆ ਹੋਇਆ, ਤਾਂ ਤੁਸੀਂ ਕੈਂਚੀ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਨਹੀਂ ਚਲਾਉਣਾ, ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਸਿੱਧਾ ਉੱਪਰ ਨੂੰ ਰੱਖਣੀ ਹੈ ਕੈਂਚੀ। ਕਈ ਵਾਰ ਆਪਾਂ ਇਸ ਤਰ੍ਹਾਂ ਟੇਢੀ ਕਰਕੇ ਕੱਟ ਦਿੰਦੇ ਹਾਂ, ਉਸ ਤਰੀਕੇ ਨਾਲ ਤੁਹਾਡੀ ਜਿਹੜੀ ਬੈਕ ਆ ਉਹ ਵੱਧ ਨਹੀਂ ਕੱਟੀ ਜਾਣੀ। ਜੇ ਤੁਸੀਂ ਕੈਂਚੀ ਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਕੱਟੋਗੇ ਤਾਂ ਤੁਹਾਡੀ ਬੈਕ ਆਟੋਮੈਟਿਕ ਹੀ ਵੱਧ ਉੱਤਰ ਜੂਗੀ। ਦੇਖੋ ਆਪਾਂ ਨੂੰ ਦੁਬਾਰਾ ਤੋਂ ਕਟਿੰਗ ਕਰਨ ਜਾਂ ਲਾਉਣ ਦੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ ਅਲੱਗ ਅਲੱਗ ਪੀਸ ਕੱਟ ਰਹੇ ਹੋ ਤਾਂ ਤੁਹਾਨੂੰ ਉਸ ਤਰੀਕੇ ਨਾਲ ਬੈਕ 1/2 ਇੰਚ ਵੱਧ ਲੈਣੀ ਪਊਗੀ। ਇਹ ਸੀ ਆਪਣੀ ਚੋਲੀ ਦੀ ਕਟਿੰਗ। ਹੁਣ ਆਪਾਂ ਇਹਦੀ ਕੱਟਾਂਗੇ ਬਾਜੂ। ਦੇਖੋ ਆਪਣੀ ਆਹ ਦਿੱਤੀ ਹੋਈ ਆ ਬਾਜੂ, ਬਾਜੂ ਜੋ ਮਾਰਜਨ ਹੈ ਇਹ ਜ਼ਿਆਦਾ ਦਿੱਤਾ ਹੋਇਆ। ਦੇਖੋ ਆਪਾਂ ਥੋੜ੍ਹਾ ਜਿਹਾ ਇਹਨੂੰ ਕੱਟ ਕਰ ਦਾਂਗੇ ਸਾਈਡ ਤੋਂ, ਇੰਨਾ ਮਾਰਜਨ ਦੀ ਜ਼ਰੂਰਤ ਨਹੀਂ ਹੈਗੀ, ਚਾਹੇ ਆਪਾਂ ਪਾਈਪਿੰਗ ਲਗਾਉਣੀ ਹੈ ਚਾਹੇ ਨਹੀਂ ਵੀ ਲਗਾਉਣੀ, ਵਿੱਚ ਤੋਂ ਆਪਾਂ ਸਾਫ਼ ਕਰ ਦਾਂਗੇ। ਹੁਣ ਬਾਜੂ ਦੀ ਲੈਂਥ ਲੈਣੀ ਆਪਾਂ ਨੇ, ਜਿਵੇਂ 16.5 ਇੰਚ ਬਾਜੂ ਰੈਡੀ ਆ, ਤਾਂ ਆਪਾਂ 17 ਇੰਚ ਬਾਜੂ ਕਟਿੰਗ ਦੀ ਕੱਟਾਂਗੇ। ਆਪਾਂ ਇਹਨੂੰ ਇਸ ਤਰ੍ਹਾਂ ਬਿਲਕੁਲ ਸਿੱਧਾ ਕੱਟ ਦਾਂਗੇ। ਇਸੇ ਤਰ੍ਹਾਂ ਆਪਾਂ ਆਹ ਵਾਲਾ ਪੀਸ ਇਸ ਤਰ੍ਹਾਂ ਸਿੱਧਾ ਕਰ ਲਾਂਗੇ, ਇਹਦੇ ਉੱਪਰ ਰੱਖ ਕੇ ਆਪਾਂ
दूसरे पल्ले की कटिंग कर देंगे। पहला प्रेस देना बिल्कुल आप सीधा कर लेंगे, बल वगैरह सारे कढ़ देने ने बिचो जो कपड़े दे विच पै जांदे ने। आप वर्क दे नाल वर्क मिलाना, देखो कन्निया का कोई चक्कर नहीं, चाहे उल्टी साइड जाए चली जाए चाहे जिधर मर्जी, ये कपड़े च कोई फुट सिद्ध नहीं हैगी। देखो करेब दे विच फिलहाल कोई फुट सिद्ध नहीं हुंदी हैगी, तो आप वर्क नूं इस तरह आपस दे विच मिलावांगे। जो फालतू कपड़ा देखो नीचे रखा हुआ है भी आप कटिंग कर देनी है। एक दी तां आपने साफ कर ली, बाजू की दूसरी भी इसे तरह साफ कर लेंगे। हुण आप सेंटर कर लेंगे, आपस दे विच इस तरह वर्क नूं मिला लेंगे। हुण आप 21 इंच चेस्ट नूं 9 इंच मोढ़ा पावांगे। देखो अपनी बाजू की कटिंग करनी है, अगे तो बाजू देखो हैगी अपनी 11.5 इंच खुली, तो 11.5 के निशान लगा लेंगे। 1.5 इंच आप देवे मार्जन का, जमा सही 1.5 का निशान लगाया। हूँ आप कटांगे मोडे की कटिंग, मोडा जिमें अपना है 9 इंच रेडी रखना, तो आप 10 इंच कटाई का पावे। हूँ अपने देखो गला यदा बैक तो डीप करना, तो 3.5-4.25 की आह वाली शेप देनी है, तो तुम इस तरह का निशान भी लगा सकते हो, अंदाजे ना कट सकते हो, अंदाजे ना भी कट सकते हो। तो इतने आप राउंड शेप देनी है, देखो एको दम नहीं मारनी हैगी शेप, यह इस तरह तुम गलाई दे विच देनी है। ना आप सब तो पहले इतों की गलाई दे देंगे। हम देखो तुम फट्टी दे नाल भी शेप बना सकते हो, जो तुम अपने हाथ ना इदा ही शेप देनी है इदा भी दे सकते हो। जी गलाई होंगी है देखो, इनू थोड़ा जि उपर लेके जाओगे, तेनों इस तरह रख के निशान लगा के आप बाजू की प्रॉपर शेप दे देंगे। हम आप लगावे मोडे का निशान लगा के, तो कट लगा देंगे आप 9 इंच मोडे का निशान लगा के, इतने आप कट लगा देंगे। हुण तुसीं जिहड़ी देखो आ काट पाउणी है पहलां भी पा सकदे हो बाद भी, क्योंकि इहदे वर्क करिया होया देखो आपां नूं कोई भुलेखा नहीं पैंदा इहदे विच, तां तुसीं उपरले दोनों पल्लियां दे विच इहदे विच इस तरह काट पा दोगे। यह अपनी सीगी बाजू की कटिंग। देखो आ अपने कोल कपड़ा है 3 मीटर कपड़ा है लहंगे का, अपने ये बल पाने हैं जिस तरह सलवार के बल होंगे, देखो इस तरह की आ चीज़ों के बल आएंगे इस तरह। ये बल आप प्रेस के चंगी तरह नीचे तक जमा लेंगे, जो अपने आ बल वाले बल पा ले तो ये आप 2.5 इंच की उपर बदमी पट्टी लगावे, जिदे नाला पावे आप लास्टिक नहीं पाते क्योंकि साइड से आप लटकन वगैरह लगावे, लटकन वगैरह लगा के उन्हें अच्छी लुक आ जाएगी। देखो वधिया लगते हैं, जे आप लास्टिक पावे लास्टिक भी पैजू कोई दिक्कत नहीं, पर ज़्यादातर लहंगिया के नाला ही पाया जाता। तो आप देखो 40 इंच लेंथ का बना गा, तो आप इनू नीचे थोड़ी जी फोल्डिंग इन्नी क ज़्यादा रखा क्योंकि हैवी बनूगा, ये उपर आप लगावे लेस वगैरह। तो हम देखो आ अपने को कपड़ा, तो कन्नियों अपने आपस के मिला रखे, देखो ये कोई ज़्यादा व्डा काम तो है नहीं, कटिंग वेले सिर्फ बना वेले ही थोड़ा जहा टाइम लगता बलों की सैटिंग करने वेले। जे तुम देखो इन्ना ही घेरा रखना तो इन्ना भी रख सकते हो, जे थोड़े को कपड़ा ज़्यादा है तो आप जोड़ भी पा देंगे, तुम बिच दी गोटा पत्ती लगा सकते हो जोड़ को कवर करने वास्ते। वैसे फिलहाल ये कोई इन्ना जोड़ नज़र नहीं आता, तो आप इनू हैवी बनावे थोड़ा जहा। देखो जो थोड़ा प्रिंट इदा का लग रहा थोनों भी सारा घुलमा प्रिंटा, इनू आटे के भी बना सकते हो, जे आटे बना चाहते हो तो इस तरह लेंथ मिल सकते हो, लेंथ किन्नी आगे तो आप आ चीज़ मिल लेंगे। देखो जिमें लेंथ दिती हुई इन्होंने पूरी 45 इंच तैयार आ लेंथ रखनी अपने 40 इंच, तो इनू इस तरह फोल्डिंग करके उपरों कपड़ा भी उतार सकते हो, हैवी बना सकते हो, इस तरह जोड़ की कोई जरूरत नहीं क्योंकि जिमें फ्लावर के कोई फ्लावर उपर नीचे नहीं जाता, सिर्फ राउंड के ही बने हुए हैं। तो आप इनू आडे भी बना सकते हैं, तो अपना घेरा देखो कि बन जूगा 3 मीटर के बन लो, 1.5 मीटर एक घेरे बस जाऊगा। देखो इस तरह ये ना बहुत सोहनी लुक आऊगी। तो आप देखो इनू एक साइड तो उतार लेंगे, सब तो पहला इहदा जिहड़ी आपने उपर ये पट्टी लगानी है वो वाली पट्टी उतार लेंगे, तो इस तरह डबल फोल्डिंग कर लोगे इनू जिन्ना नेफा बदमा लाना
ਤੁਸੀਂ ਇੰਨੀ ਉਹਦੀ ਪੱਟੀ ਉਤਾਰ ਲਓਗੇ। ਜੇ ਆਪਾਂ ਇਸ ਤਰ੍ਹਾਂ ਕਰਾਂਗੇ ਬਾਅਦ ਵਿੱਚ ਆਪਾਂ ਨੇ ਕੁਛ ਹੋਰ ਬਣਾਉਣਾ, ਕਈ ਵਾਰ ਆਪਣਾ ਲਹਿੰਗੇ ਵਗੈਰਾ ਤੋਂ ਮਨ ਅੱਕ ਜਾਂਦਾ, ਆਪਾਂ ਰੂਟੀਨ ਦੇ ਵਿੱਚ ਨਹੀਂ ਵੀਅਰ ਕਰ ਸਕਦੇ। ਜੇ ਤੁਹਾਡਾ ਇਸ ਤਰ੍ਹਾਂ ਬਣਿਆ ਹੋਊਗਾ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਵੀ ਉਹ ਕਰ ਸਕਦੇ ਹੋ, ਯੂਜ਼ ਵਗੈਰਾ ਬਾਅਦ ਦੇ ਵਿੱਚ ਸਲਵਾਰ ਪਲਾਜ਼ੋ ਜੋ ਵੀ ਬਣਾ ਸਕਦੇ ਹੋ। ਸਾਬਣ ਨੂੰ ਨੀਚੇ ਤੋਂ ਬਿਲਕੁਲ ਸਾਫ਼ ਕਰ ਦਾਂਗੇ। ਹੁਣ ਦੇਖੋ ਜਿੰਨਾ ਤੁਸੀਂ ਨੇ ਉਹ ਲਗਾਉਣਾ, 2 ਇੰਚ ਦਾ ਨੇਫਰ ਰੈਡੀ ਕਰਨਾ, 2.5 ਇੰਚ ਦਾ ਰੈਡੀ ਕਰਨਾ, ਉਸੇ ਹਿਸਾਬ ਦੇ ਇਹਨੂੰ ਡਬਲ ਫੋਲਡਿੰਗ ਦੇ ਵਿੱਚ ਆਪਾਂ ਇਹਦੀ ਕਟਿੰਗ ਕਰ ਦਾਂਗੇ। ਜੇ ਆਪਾਂ 2.5 ਇੰਚ ਦਾ ਕੱਟਦੇ ਹਾਂ ਤਾਂ ਇਹਨੂੰ ਆਪਾਂ 5 ਇੰਚ ਕਟਿੰਗ ਦੇ ਹਿਸਾਬ ਨਾਲ ਕੱਟ ਲਾਂਗੇ, ਕਿਉਂਕਿ ਆਪਣਾ ਹਾਫ ਹਾਫ ਇੰਚ ਦਾ ਮਾਰਜਨ ਦੇ ਵਿੱਚ ਜਾਊਗਾ, ਤਾਂ ਆਪਾਂ 5.5 ਦੇ ਵਿੱਚ ਬਸ ਤੁਸੀਂ ਕੱਟ ਸਕਦੇ ਹੋ। ਉਹ ਤੁਹਾਡੇ ਆਪਣੇ ਹਿਸਾਬ ਨਾਲ ਤੁਸੀਂ ਚੌੜੀ ਫੋਲਡਿੰਗ ਰੱਖਣੀ ਆ ਉੱਪਰ ਨੇਫੇ ਦੀ ਜਾਂ ਘੱਟ ਰੱਖਣੀ ਆ। ਜ਼ਿਆਦਾਤਰ ਲਹਿੰਗਿਆਂ ਦੇ ਵਿੱਚ ਚੌੜੀ ਹੀ ਫੋਲਡਿੰਗ ਅੱਛੀ ਲੱਗਦੀ ਆ, ਕਿਉਂਕਿ ਵਾਲ ਆ ਜਾਂਦੇ ਨੇ ਨਾਲ, ਜਦੋਂ ਨਾਲ ਵਾਲ ਆ ਗਏ ਤਾਂ ਫਲੱਫੀ ਫਲੱਫੀ ਜਿਹਾ ਰਹੂਗਾ। ਜੇ ਆਪਾਂ ਇਹਨੂੰ ਚੜਾਈ ਦੇ ਵਿੱਚ ਲਗਾਵਾਂਗੇ ਤਾਂ ਉਹ ਥੋੜ੍ਹਾ ਜਿਹਾ ਫਲੱਫੀ ਨਹੀਂ ਹੋਊਗਾ, ਉੱਪਰੋਂ ਪਲੇਨ ਆ ਜਾਊਗਾ ਥੋੜ੍ਹਾ ਜਿਹਾ। ਆਪਾਂ ਇਹਦੀ ਕਰ ਦਾਂਗੇ ਕਟਿੰਗ। ਹੁਣ ਦੇਖੋ ਆਪਣਾ ਨੇਫਾ ਇੰਨਾ ਬਣ ਜਾਊਗਾ ਤਿਆਰ, ਆਹ ਚੀਜ਼ ਆ ਜੂਗੀ ਆਪਣੀ, ਆਪਾਂ ਨੂੰ ਦੋਨੇ ਰਾਊਂਡ ਦੇ ਵਿੱਚ ਹੀ ਘੁੰਮ ਜੂਗਾ। ਦੇਖੋ ਇਹ ਆਹ ਚੀਜ਼ ਇੰਨੀ ਆ, ਇੰਨਾ ਨਾ ਆਪਣਾ ਹਾਫ ਇੰਚ ਮਾਰਜਨ ਰਹਿ ਗਿਆ, ਤਾਂ ਆਪਣਾ ਪ੍ਰੋਪਰ 2.5 ਤੋਂ ਸੂਤਕ ਘੱਟ ਮੰਨ ਕੇ ਚਲੋ, 2.25 ਲਾ ਲਓ, ਚਾਹੇ ਇੰਨਾ ਨੇਫਾ ਰੈਡੀ ਰਹਿ ਜੂਗਾ। ਹੁਣ ਦੇਖੋ ਤੁਸੀਂ ਇਹਦੀ ਕਟਿੰਗ ਤੁਸੀਂ ਪਹਿਲਾਂ ਨਹੀਂ ਕਰਨੀ ਹੈਗੀ, ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਇੱਕ ਸਾਈਡ 'ਤੇ ਸਿਲਾਈ ਪਾ ਲਓਗੇ। ਸਾਈਡ 'ਤੇ ਸਿਲਾਈ ਪਾ ਕੇ ਤਾਂ ਤੁਸੀਂ ਸਭ ਤੋਂ ਪਹਿਲਾਂ ਇਹਦੇ ਉੱਪਰ ਵੱਲ ਪਾਓਗੇ, ਜਿਸ ਤਰ੍ਹਾਂ ਆਪਾਂ ਬੈਲਟ ਮਿਲ ਲੈਂਦੇ ਹਾਂ, ਬੈਲਟ ਤੁਸੀਂ ਨੇ ਕਿੰਨਾ ਰੈਡੀ ਕਰਨਾ ਉਸੇ ਹਿਸਾਬ ਨਾਲ ਇਹਦੇ ਸੈਂਟਰ ਦੇ ਵਿੱਚ ਕੱਟ ਲਗਾ ਲਓਗੇ। ਆਹ ਸਾਈਡ ਦੇ ਵਿੱਚ ਬਰੀਕ ਕੱਟ ਲਗਾ ਲਾਂਗੇ। ਤੁਸੀਂ ਬੈਲਟ 23 ਲਾ ਰਹੇ ਹੋ, 24 ਲਾ ਰਹੇ ਹੋ, ਜਿੰਨਾ ਵੀ ਲਾ ਰਹੇ ਹੋ ਉਸੇ ਹਿਸਾਬ ਦੇ ਨਾਲ ਤੁਸੀਂ ਇਹਦੇ ਵਿੱਚ ਬਲਾਂ ਦਾ ਸਾਈਜ਼ ਉਸੇ ਹਿਸਾਬ ਦੇ ਨਾਲ ਰੱਖਣਾ। ਬਲਾਂ ਦਾ ਸਾਈਜ਼ ਹੋਊਗਾ ਜੋ ਪ੍ਰੋਪਰ ਇੱਕ ਨਾਲ ਦਾ ਹੀ ਹੋਣਾ ਚਾਹੀਦਾ, ਤੁਹਾਡਾ ਵੱਧ ਘੱਟ ਨਹੀਂ ਹੋਣਾ ਚਾਹੀਦਾ। ਦੇਖੋ ਦੇਖਣ ਨੂੰ ਇਸ ਤਰ੍ਹਾਂ ਵਧੀਆ ਲੱਗਣੇ ਚਾਹੀਦੇ ਆ। ਫਿਰ ਇਹਦੇ ਉੱਪਰ ਤੁਸੀਂ ਨੇਫਾ ਬਣਾਓਗੇ। ਨੇਫਾ ਦੇਖੋ ਹਮੇਸ਼ਾ ਵਾਸਤੇ ਜਿਹੜਾ ਲਹਿੰਗਾ ਹੁੰਦਾ ਉਹਦੇ ਸਾਈਡ 'ਤੇ ਹੀ ਹੁੰਦਾ, ਉਹ ਹੋਊਗਾ ਲੈਫਟ ਸਾਈਡ 'ਤੇ। ਤੁਸੀਂ ਚਾਹੇ ਆਹ ਸੀਨ ਦੇ ਉੱਪਰ ਰੱਖ ਸਕਦੇ ਹੋ ਲੈਫਟ ਸਾਈਡ 'ਤੇ, ਕਰਕੇ ਰਾਈਟ ਸਾਈਡ 'ਤੇ ਨਹੀਂ ਰਹਿੰਦਾ ਹੁੰਦਾ, ਲੈਫਟ 'ਤੇ ਹੀ ਹੁੰਦਾ ਮੰਨ ਲਓ ਖੱਬੇ ਪਾਸੇ। ਤਾਂ ਤੁਸੀਂ ਇਹਦੇ ਚਿੜੀ ਵੀ ਉਸੇ ਪਾਸੇ ਬਣਾਓਗੇ, ਲਹਿੰਗੇ ਦੀ ਲੰਬੀ ਚਿੜੀ ਬਣਦੀ ਹੁੰਦੀ ਆ ਪ੍ਰੋਪਰ, ਜਿੰਨੀ ਆਪਣੀ ਪੇਟੀ ਲਾ ਰਹੇ ਹਾਂ ਉਹਦੇ ਉੱਪਰ ਉੰਨੀ ਹੀ ਤੁਸੀਂ ਚਿੜੀ ਰੱਖੋਗੇ। ਇਹਦੇ ਵਿੱਚ ਬਲ ਪਾ ਕੇ ਆਪਾਂ ਨੀਚੇ ਤੋਂ ਫਿਰ ਇਹਦੀ ਲੈਂਥ ਨੂੰ ਮਿਣਾਂਗੇ। ਤੁਸੀਂ ਨੀਚੇ ਤੋਂ ਲੈਂਥ ਤੁਹਾਨੂੰ ਜ਼ਿਆਦਾ ਲੱਗ ਰਹੀ ਆ ਤਾਂ ਤੁਸੀਂ ਬਾਅਦ ਵਿੱਚ ਕਟਿੰਗ ਕਰ ਸਕਦੇ ਹੋ, ਜਾਂ ਇਹਦੇ ਵਿੱਚ ਨੀਚੇ ਫੋਲਡਿੰਗ ਇਸ ਤਰ੍ਹਾਂ ਜ਼ਿਆਦਾ ਕਰ ਸਕਦੇ ਹੋ, ਕਿਉਂਕਿ ਆਪਾਂ ਇਹਦੇ ਉੱਪਰ ਲੇਸ ਤਾਂ ਲਗਾਉਣੀ ਹੋਊਗੀ, ਜਿਹੜੀ ਆਹ ਸੀਨ ਹੋਊਗੀ ਉਹਦੇ ਉੱਪਰ ਲੈਸ ਲੱਗ ਜੂਗੀ। ਸਿਰਫ ਬਸ ਆਹੀ 2 ਕੱਲਾਂ ਨੇ, ਜਿਹੜੀ ਆਪਣੀ ਕਲੀਆਂ ਵਾਲੀ ਹੁੰਦੀ ਆ ਉਹਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਪ੍ਰੋਬਲਮ ਆਉਂਦੀ ਆਪਾਂ ਨੂੰ ਕਲੀਆਂ ਕੱਟਣ ਦੇ ਵਿੱਚ, ਤਾਂ ਆਪਾਂ ਸਿਰਫ ਇਹਦੇ ਵਿੱਚ ਸਾਈਡ ਤੋਂ ਕੱਪੜਾ ਉਤਾਰਿਆ। ਦੇਖੋ ਸਾਈਡ ਤੋਂ ਕੱਪੜਾ ਉਤਾਰ ਕੇ ਆਪਾਂ ਨੀਚੇ ਵੱਲ ਪਾਵਾਂਗੇ, ਵੱਲ ਪਾ ਕੇ ਆਪਾਂ ਜਿਹੜਾ ਬਦਵਾਂ ਕੱਪੜਾ ਹੋਊਗਾ ਇਹਨੂੰ ਨੀਚੇ ਤੋਂ ਕਟਿੰਗ ਕਰ ਦਾਂਗੇ। ਇਹ ਆਪਣੀ ਲਹਿੰਗੇ ਚੋਲੀ ਦੀ ਕਟਿੰਗ ਸੀਗੀ।